ਮੇਰੀ ਵਾਈਫ ਦੀ ਗੋਲੀ ਲੱਗੀ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਗਰਭਵਤੀ ਔਰਤ ਨੂੰ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਨੇ, ਉਸਦੇ ਢਿੱਡ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ। ਬੜਾ ਹੀ ਬੇਰਹਿਮੀ ਦੇ ਨਾਲ ਇੱਕ ਗਰਭਵਤੀ ਔਰਤ ਦਾ ਕਤਲ ਕੀਤਾ ਗਿਆ ਹੈ। ਗਰਭਵਤੀ ਔਰਤ ਦੇ ਪਤੀ ਦੀ ਇਲਾਕੇ ਦੇ ਵਿੱਚ ਦੁਸ਼ਮਣੀ ਸੀ, ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ, ਜਿਸ ਦੇ ਚੱਲਦਿਆਂ ਬਦਮਾਸ਼ ਘਰ ਦੇ ਵਿੱਚ ਵੜਦੇ ਨੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਜਿਹੜੀ ਗਰਭਵਤੀ ਔਰਤ ਹੈ ਉਹ ਇਸ ਲੜਾਈ ਝਗੜੇ ਦੀ ਵੀਡੀਓ ਬਣਾ ਰਹੀ ਹੁੰਦੀ ਹੈ ਕਿ ਉਸਦੇ ਆ ਕੇ ਗੋਲੀਆਂ ਵੱਜ ਜਾਂਦੀਆਂ ਨੇ। ਉਸ ਦੇ ਵਿੱਚ ਵੀਡੀਓ ਅੰਦਰ ਗਰਭਵਤੀ ਮਹਿਲਾ ਵੀ ਕੈਦ ਹੋਈ ਹੈ, ਉਸਦੇ ਮੂੰਹ ਦੇ ਵਿੱਚੋਂ ਖੂਨ ਨਿਕਲਿਆ, ਜਿਸ ਤੋਂ ਬਾਅਦ ਉਹ ਹੇਠਾਂ ਧਰਤੀ 'ਤੇ ਡਿੱਗ ਗਈ, ਫਿਰ ਦੁਬਾਰਾ ਨਹੀਂ ਉੱਠੀ। ਉਸਦੇ ਨਾਲ ਨਾਲ ਇੱਕ 4 ਮਹੀਨਿਆਂ ਦੀ ਨੰਨੀ ਜਾਨ ਦੀ ਵੀ ਮੌਤ ਹੋ ਗਈ। ਉਸਦਾ ਕੀ ਕਸੂਰ ਸੀ, ਜਿਹੜਾ ਕਿ ਹਾਲੇ ਜਿਸਨੇ ਦੁਨੀਆ ਦੇ ਵਿੱਚ ਆਉਣਾ ਸੀ ਪਰ ਇਹਨਾਂ ਬਦਮਾਸ਼ਾਂ ਨੇ ਉਸਨੂੰ ਵੀ ਮਾਰ ਦਿੱਤਾ। ਤਾਂ ਇੱਕੋ ਸਾਥ 2 ਕਤਲ ਕੀਤੇ ਗਏ ਨੇ, ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਨੇ। ਇਸ ਵੇਲੇ ਦੀ ਵੱਡੀ ਖਬਰ ਹੈ, ਤਰਨ ਤਾਰਨ ਸਾਹਿਬ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਦਮਾਸ਼ਾਂ ਨੇ ਗਰਭਵਤੀ ਔਰਤ ਮਾਰਤੀ ਹੈ, ਉਹ ਵੀ ਘਰ ਦੇ ਵਿੱਚ ਵੜ ਕੇ ਝਗੜੇ ਨੂੰ ਲੈ ਕੇ 2 ਜਾਨਾਂ ਚਲੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਪੱਟੀ ਦਾ ਵਾਰਡ ਨੰਬਰ 2 ਜਿੱਥੇ ਗਲੀ ਦੇ ਵਿੱਚ ਇੱਕ ਸ਼ਖਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ, 2 ਦਿਨ ਪਹਿਲਾਂ ਆਪਸ ਦੇ ਵਿੱਚ ਜਿਹੜਾ ਰਾਜੀਨਾਮਾ ਕਰਵਾ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਅੱਜ ਫਿਰ ਬਦਮਾਸ਼ਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ, ਘਰ ਦੇ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਦੇ ਵਿੱਚ ਸੁਨੀਤਾ, ਜੋ ਕਿ 30 ਸਾਲ ਦੀ ਸੀ ਅਤੇ ਗਰਭਵਤੀ ਸੀ, ਉਸਦੀ ਮੌਤ ਹੋ ਗਈ ਹੈ। ਉਸਦੇ ਪਤੀ ਦਾ ਕਿਤੇ ਝਗੜਾ ਸੀ ਜਿਸ ਕਰਕੇ ਸਾਰੀ ਵਾਰਦਾਤ ਹੋਈ। ਤਾਂ ਵੱਡੀ ਖਬਰ ਹੈ, ਸੁਨੀਤਾ ਦੀ ਮੌਤ ਹੋ ਗਈ ਹੈ। ਗਰਭਵਤੀ ਸੀ ਸੁਨੀਤਾ, 4 ਮਹੀਨਿਆਂ ਦੀ ਗਰਭਵਤੀ ਸੀ, ਜਿਸ ਤੋਂ ਬਾਅਦ ਉਸਦੀ ਹੁਣ ਮੌਤ ਹੋ ਗਈ ਹੈ ਅਤੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਦਾ ਮਾਹੌਲ ਹੈ। ਮੌਕੇ 'ਤੇ ਚੀਕ ਚਿਹਾੜਾ ਜਿਹੜਾ ਹੋਇਆ, ਉਸਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਚੀਕ ਚਿਹਾੜਾ ਤੁਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਕਿ ਕਿਵੇਂ ਚੀਕ ਚਿਹਾੜਾ ਪੈ ਰਿਹਾ, ਇਹ ਗੋਲੀਆਂ ਚੱਲ ਰਹੀਆਂ ਨੇ। ਤਾਂ ਵੱਡੀ ਖਬਰ ਹੈ, ਪੱਟੀ ਦੇ ਵਾਰਡ ਨੰਬਰ 2 ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਵਾਰਦਾਤ ਹੋਈ ਹੈ, ਦਿਨ ਦਿਹਾੜੇ ਵਾਰਦਾਤ ਹੋਈ ਹੈ। ਘਰ ਦੇ ਵਿੱਚ ਵੜ ਕੇ ਬਦਮਾਸ਼ਾਂ ਨੇ ਇੱਕ ਗਰਭਵਤੀ ਔਰਤ ਅਤੇ ਉਸਦੇ ਬੱਚੇ ਦਾ ਕਤਲ ਕਰ ਦਿੱਤਾ। ਮੇਰੀ ਵਾਈਫ ਦੀ ਗੋਲੀ ਲੱਗੀ। ਮੇਰੀ ਵਾਈਫ ਦੀ ਗੋਲੀ ਲੱਗੀ।